ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਇਹ ਅੱਜ ਹੈ ਮੈਮ ਇਹ ਪਿਛਲੇ ਕਈ ਸਾਲਾਂ ਤੋਂ ਸਟੀਰੋਇਡ ਲਗਾ ਰਹੇ ਹਾਂ ਫੇਸ 'ਤੇ ਜਿਹਦੇ ਕਰਕੇ ਉਹਨਾਂ ਦਾ ਫੇਸ ਖਰਾਬ ਹੋਇਆ ਅਸੀਂ ਇਹਨਾਂ ਤੋਂ ਪਰਮਿਸ਼ਨ ਲਈ ਹੈ ਵੀ ਅਸੀਂ ਕਿਹਾ ਤੁਹਾਡੇ ਨਾਲ ਵੀਡੀਓ ਬਣਾ ਕੇ ਲੋਕਾਂ ਨਾਲ ਇੰਟਰਨੈਟ 'ਤੇ ਸ਼ੇਅਰ ਕਰ ਸਕਦੇ ਹਾਂ ਅਤੇ ਇਹਨਾਂ ਨੇ ਸਾਨੂੰ ਇਹ ਕਿਹਾ ਹਾਂਜੀ ਤੁਸੀਂ ਕਰੋ ਤਾਂ ਕਿ ਦੂਜਿਆਂ ਦਾ ਨੁਕਸਾਨ ਨਾ ਹੋਵੇ ਸੋ ਇਸ ਗੱਲ ਦੇ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਭੈਣ ਜੀ ਕਿੰਨੇ ਸਾਲ ਤੁਸੀਂ ਸਟੀਰੋਇਡ ਦੀਆਂ ਕ੍ਰੀਮਾਂ ਲਗਾਉਂਦੇ ਰਹੇ ਹੋ ਛੇ ਸੱਤ ਮਹੀਨੇ ਬੈਟਨੋਵੇਟ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਛੇ ਸੱਤ ਮਹੀਨੇ ਕਿ ਛੇ ਸੱਤ ਸਾਲ ਸਿਰਫ ਸੱਤਾਂ ਮਹੀਨਿਆਂ 'ਚ ਇਹਨਾਂ ਫੇਸ ਖਰਾਬ ਕਰ ਲਿਆ ਉਸ ਤੋਂ ਪਹਿਲਾਂ ਕੋਈ ਟਿਊਬ ਹੋਰ ਨਹੀਂ ਸੀ ਲਗਾਉਂਦੇ ਤੁਸੀਂ ਬੈਟਨੋਵੇਟ ਤੋਂ ਇਲਾਵਾ ਕਦੀ ਕੋਈ ਟ੍ਰੀਟਮੈਂਟ ਹੋਰ ਨਹੀਂ ਕੀਤਾ ਹੁਣ ਅਗਰ ਆਪਾਂ ਇਹਨਾਂ ਦੇ ਫੇਸ ਦਾ ਕਲੋਜ਼ ਅਪ ਲਈਏ ਦੇਖੋ ਇਹਨਾਂ ਦਾ ਫੇਸ ਕਿਸ ਤਰੀਕੇ ਦੇ ਨਾਲ ਕਾਲਾ ਹੈ ਜਦਕਿ ਭੈਣ ਜੀ ਦੀ ਆਹ ਥੱਲੇ ਵਾਲੀ ਸਕਿਨ ਕਿੰਨੀ ਜ਼ਿਆਦਾ ਫੇਅਰ ਹੈ ਅਤੇ ਕਿੰਨੀ ਜ਼ਿਆਦਾ ਅੱਛੀ ਹੈ ਸੋ ਇਹ ਜਿਹੜਾ ਸਾਰਾ ਕੰਮ ਹੋਇਆ ਹੈ ਕਾਲਾਪਨ ਇੱਕ ਉਹਦੇ ਇਲਾਵਾ ਸਕਿਨ ਬਹੁਤ ਜ਼ਿਆਦਾ ਪਤਲੀ ਹੋ ਗਈ ਹੈ ਤੀਸਰਾ ਅਗਰ ਤੁਸੀਂ ਦੇਖੋ ਸਾਰੀ ਸਕਿਨ 'ਤੇ ਛੋਟੇ ਛੋਟੇ ਲੋਈ ਦੇ ਵਾਲ ਆ ਗਏ ਸਾਰੀ ਸਕਿਨ ਦੇ ਉੱਤੇ ਲੋਈ ਵਰਗੇ ਵਾਲ ਆ ਗਏ ਪੰਜਵਾਂ ਰਿੰਕਲਸ ਸਮੇਂ ਤੋਂ ਬਹੁਤ ਪਹਿਲਾਂ ਆ ਗਏ ਕਿੰਨੀ ਉਮਰ ਹੈ ਭੈਣ ਜੀ ਤੁਹਾਡੀ 40 ਸਾਲ ਇਹ ਸਾਲ ਭੈਣ ਜੀ ਬਾਕੀ ਸਾਰੇ ਸਰੀਰ 'ਤੇ ਕਿਤੇ ਕੋਈ ਦਿੱਕਤ ਟਿਊਬ ਤੁਸੀਂ ਫੇਸ ਤੋਂ ਇਲਾਵਾ ਕਿਤੇ ਲਾਉਂਦੇ ਸੀਗੇ ਹੱਥਾਂ ਤੇ ਲਗਾਉਂਦੇ ਸੀ ਅਗਰ ਤੁਸੀਂ ਹੱਥਾਂ ਨੂੰ ਕੋਲੋਂ ਦੀ ਦੇਖੋਗੇ ਤੇ ਹੱਥਾਂ ਦੀ ਸਕਿਨ ਵੀ ਜ਼ਿਆਦਾ ਰਿੰਕਲ ਵਾਲੀ ਹੋਣੀ ਸ਼ੁਰੂ ਹੋ ਗਈ ਸੋ ਸਾਡੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪਣੇ ਫੇਸ ਦੇ ਉੱਤੇ ਸਟੀਰੋਇਡ ਦੀਆਂ ਕਰੀਮਾਂ ਨਾ ਲਗਾਓ ਜਦੋਂ ਤੁਸੀਂ ਕੈਮਿਸਟ ਤੋਂ ਕਿਸੇ ਡਾਕਟਰ ਤੋਂ ਕੋਈ ਕਰੀਮ ਲੈ ਰਹੇ ਹੋ ਤੇ ਮੇਕ ਸ਼ੋਰ ਕਰੋ ਵੀ ਉਹਦੇ 'ਚ ਸਟੀਰੋਇਡ ਨਹੀਂ ਹੈ ਜੇ ਸਟੀਰੋਇਡ ਹੈ ਤੇ ਆਪਣੇ ਡਾਕਟਰ ਨਾਲ ਇੱਕ ਵਾਰੀ ਇਸ ਬਾਰੇ ਗੱਲ ਜ਼ਰੂਰ ਕਰੋ ਵੀ ਮੈਂ ਕਿੰਨੀ ਦੇਰ ਲਗਾਉਣੀ ਹੈ ਫੇਸ ਦੇ ਉੱਤੇ ਸਟੀਰੋਇਡ ਕਰੀਮਸ ਤੁਹਾਡੇ ਫੇਸ ਨੂੰ ਝੁਰੜੀਆਂ ਦਿੰਦੀ ਹੈ ਕਾਲਾਪਨ ਦਿੰਦੀ ਹੈ ਖਾਰਿਸ਼ ਹੋ ਸਕਦੀ ਹੈ ਧੁੱਪ ਦੀ ਐਲਰਜੀ ਸ਼ੁਰੂ ਹੋ ਜਾਂਦੀ ਹੈ ਸਾਰੇ ਫੇਸ 'ਤੇ ਵਾਲ ਆ ਜਾਂਦੇ ਹੈ ਸਕਿਨ ਪਤਲੀ ਹੋ ਕੇ ਲਾਲ ਲਾਈਨਾਂ ਆ ਜਾਂਦੀਆਂ ਅਤੇ ਬਾਅਦ 'ਚੋਂ ਫੇਸ ਡਾਰਕ ਹੋ ਜਾਂਦਾ ਇਹ ਤੁਹਾਡੀ ਥੋੜ੍ਹੀ ਜਿਹੀ ਗਲਤੀ ਤੁਹਾਨੂੰ ਸਕਿਨ ਦੇ ਡਾਕਟਰ ਦਾ ਸਾਰੀ ਜ਼ਿੰਦਗੀ ਲਈ ਪੇਸ਼ੈਂਟ ਬਣਾ ਸਕਦੀ ਹੈ ਸੋ ਵਨਸ ਅਗੇਨ ਫੇਸ 'ਤੇ ਸਟੀਰੋਇਡ ਲਾਉਣ ਨੂੰ ਟੋਟਲ ਨਾ ਕਰੋ ਨੋ ਸਟੀਰੋਇਡਸ ਔਨ ਫੇਸ ਥੈਂਕ ਯੂ